ਜੀ ਤੁਸੀਂ ਦੇਖੋ ਸਾਡੇ ਪੱਤਰਕਾਰ ਨਾਲ ਜਦੋਂ ਭਗਵੰਤ ਮਾਨ ਜੀ ਦੇ ਨਾਲ ਸਵਾਲ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਤੇ ਕਦੀ ਉਹ ਕਹਿੰਦੇ ਆ ਕਿ ਫਾਈਲ ਐਲਜੀ ਦੇ ਕੋਲ ਪਈ ਆ ਮਤਲਬ ਉਹ ਇਹ ਕਹਿੰਦੇ ਆ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਵੀ ਸਾਡੇ ਵੱਲੋਂ ਸਾਰੀ ਕਲੀਨ ਚਿੱਟ ਆ ਪਰ ਮੈਂ ਇਹ ਸੋਚਦਾ ਪਿਆ ਵੀ ਪਾਰਟੀ ਫਿਰ ਇੰਨਾ ਵਿਰੋਧ ਝੱਲ ਕਿਉਂ ਰਹੀ ਆ ਫਿਰ ਉਹ ਕਲੀਅਰ ਕਿਉਂ ਨਹੀਂ ਕਰ ਦਿੰਦੇ ਕਿਉਂ ਨਹੀਂ ਦਸਤਾਵੇਜ਼ ਕਲੀਅਰ ਕਰ ਦਿੰਦੇ ਵੀ ਆਹ ਵੇਖੋ ਵੀ ਅਸੀਂ ਮਸਲਾ ਹੱਲ ਕਰ ਦਿੱਤਾ ਹੋਇਆ ਫਾਈਲ ਐਲਜੀ ਦੇ ਕੋਲ ਪਈ ਹੋਈ ਆ ਕੇਜਰੀਵਾਲ ਦੀ ਪਾਵਰ ਉਨੀ ਨਹੀਂ ਜਿੰਨੀ ਐਲਜੀ ਦੀ ਆ ਐਲਜੀ ਤੋਂ ਕੇਜਰੀਵਾਲ ਨਾਲੋਂ ਜ਼ਿਆਦਾ ਹੀ ਪਾਵਰ ਆ ਕੇਜਰੀਵਾਲ ਨਯਾ ਵੀ ਸਾਈਨ ਕਰੇ ਐਲਜੀ ਤੋਂ ਪਾਵਰ ਆ ਉਹ ਸਾਈਨ ਕਰ ਸਕਦਾ ਤੁਹਾਡੇ ਇੱਕ ਕੈਂਡੀਡੇਟ ਹੈਗੇ ਨੇ ਬਲਜਿੰਦਰ ਕੌਰ ਜੀ ਉਹ ਕੁਛ ਇੱਦਾਂ ਦੀ ਗੱਲਬਾਤ ਕਰ ਰਹੇ ਆ ਕਹਿੰਦੇ ਵੀ ਇਹਦੇ ਨਾਲ ਨਾ ਸਾਡੀ ਹਿੰਦੂ ਵੋਟ ਕਹਿੰਦੇ ਟੁੱਟ ਜਾਊਗੀ ਸੋ ਜਿਹੜੀ ਉਹਨਾਂ ਦੀ ਆਹ ਗੱਲ ਹੈਗੀ ਆ ਇਹ ਬੜੀ ਪਿੰਚ ਕਰਦੀ ਆ ਕੌਮ ਨੂੰ ਵੀ ਆਹ ਕਿੱਥੇ ਕਿੱਥੇ ਖੜੀ ਆ ਜੇ ਪਾਰਟੀ ਹਾਲੇ ਤੁਹਾਡੀ ਸਰਕਾਰ ਨਹੀਂ ਬਣੀ ਹਾਲੇ ਜਦੋਂ ਸਰਕਾਰ ਬਣ ਜਾਊਗੀ ਫਿਰ ਕਿਹਨਾਂ ਨੂੰ ਦੇਖੋਗੇ ਘੱਟ ਗਿਣਤੀ ਕੌਮਾਂ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਆ ਪਿਛਲੀ ਵਾਰੀ ਆਮ ਆਦਮੀ ਪਾਰਟੀ ਇੱਕ ਸੀਗੀ ਪਿੰਡਾਂ 'ਚ ਸਾਨੂੰ ਟੋਪੀ ਵਾਲੇ ਸ਼ਹਿਰ 'ਚ ਸਾਨੂੰ ਖਾਲਿਸਤਾਨੀ ਬਣਾਤਾ ਸੀ ਇਹ ਏਜੰਸੀਆਂ ਇਹ ਆਮ ਬੰਦੇ ਦੀ ਗੱਲ ਨਹੀਂ ਹੁੰਦੀ ਭਾਅ ਜੀ ਇਹ ਏਜੰਸੀਆਂ ਦੇ ਫਾਰਮੂਲੇ ਹੁੰਦੇ ਆ ਪਰ ਹੁਣ ਜਿਹੜੀ ਰਾਜਨੀਤੀ ਤੁਹਾਡੀ ਪਾਰਟੀ ਕਰ ਰਹੀ ਆ ਕੇਜਰੀਵਾਲ ਜੀ ਕਰ ਰਹੇ ਨੇ ਜਦੋਂ ਉਹ ਬੀਬੀ ਜੀ ਆਹ ਗੱਲ ਕਹਿੰਦੇ ਆ ਜਦੋਂ ਹਿੰਦੂ ਵੋਟ ਟੁੱਟਦੀ ਆ ਫਿਰ ਇਹ ਵੀ ਤਾਂ ਉਦਾਂ ਦੀ ਗੱਲ ਹੀ ਹੋਈ ਨਾ ਵੀ ਅਸੀਂ ਉਹਨਾਂ ਨੂੰ ਖੁਸ਼ ਰੱਖਣਾ ਵੀ ਸਿੱਖਾਂ ਦੀ ਤੁਹਾਡੀ ਕੋਈ ਗੱਲ ਨਹੀਂ ਹੈ ਨਾ ਤੁਹਾਡੀ ਪਾਰਟੀ ਵੀ ਧਰਮ ਦੇ ਜੇ ਨਹੀਂ ਚੱਲਦੀ ਉਹਦੇ ਮੁਤਾਬਕ ਤੁਹਾਡੀ ਪਾਰਟੀ ਦੇਖੋ ਉਹ ਲੋਕ ਫੈਸਲਾ ਕਰ ਦੇਣਗੇ ਭਾਈ ਤੁਹਾਡਾ ਕੀ ਸਟੈਂਡ ਹੋਊਗਾ ਦੇਖੋ ਮੈਂ ਆਪਣੀ ਗੱਲ ਕਰ ਸਕਦਾ ਮੌਕਾ ਤਾਂ ਦਈਏ ਮੌਕਾ ਤੇ ਹੱਥ 'ਚ ਉਹਨਾਂ ਦੇ ਹੈਗਾ ਮੌਕਾ ਤੇ ਉਹਨਾਂ ਦੇ ਹੱਥ 'ਚ ਹੈਗਾ ਫਾਈਲ ਉਹਨਾਂ ਦੇ ਹੱਥ ਵਿੱਚ ਆ ਸਾਈਨ ਕਰ ਦੇਣ ਮੌਕਾ ਤੇ ਦਿੱਤਾ ਹੋਇਆ ਉਹਨਾਂ ਨੂੰ ਤੁਸੀਂ ਦੇਖੋ ਨਾ ਜੇ ਇੰਨਾ ਗੁੱਸਾ ਝੱਲ ਰਹੇ ਆ ਅਰਵਿੰਦ ਕੇਜਰੀਵਾਲ ਸਿੱਖ ਕੌਮ ਦਾ ਇੰਨਾ ਗੁੱਸਾ ਝੱਲ ਰਹੇ ਆ ਜੇ ਉਹ ਆਪਣੀ ਜਗ੍ਹਾ ਠੀਕ ਹੋਣ ਉਹਨਾਂ ਨੇ ਤਾਂ ਮੈਨੂੰ ਲੱਗਦਾ ਹੁਣ ਤੱਕ ਇਕੱਲੇ ਸਿੱਖ ਦੇ ਬੂਹੇ ਮੁਰੇ ਉਹਨਾਂ ਨੇ ਪੋਸਟਰ ਲਾ ਦੇਣੇ ਸੀਗੇ ਵੀ ਆਹ ਦੇਖੋ ਜੀ ਮੈਂ ਆਪਣਾ ਮਸਲਾ ਹੱਲ ਕਰ ਚੁੱਕਾ ਹਾਂ ਇਹ ਹੁਣ ਐਲਜੀ ਦੇਖੇ ਜਾਂ ਉਹ ਵੇਖਣਾ ਤੁਸੀਂ ਦੇਖੋ ਇੱਕ ਮਸਲਾ ਜਿਹੜਾ ਕਿ ਵਾਜਬ ਆ ਠੀਕ ਆ ਜੀ ਸਜ਼ਾ ਪੂਰੀ ਹੋ ਚੁੱਕੀ ਆ ਕਾਨੂੰਨੀ ਅੜਚਣਾ ਮੁੱਕ ਚੁੱਕੀਆਂ ਸਿਰਫ ਉਹਨਾਂ ਦੇ ਸਾਈਨ ਹੋਣੇ ਬਾਕੀ ਆ ਸਿਰਫ ਇੱਕ ਆ ਛੋਟਾ ਜਿਹਾ ਮਸਲਾ ਰਹਿ ਗਿਆ ਨਾ ਜੀ ਹੁਣ ਸਿਰਫ ਸਾਈਨ ਹੋਣੇ ਮਤਲਬ ਉਹ ਕਰਾਉਣ ਦੇ ਵਾਸਤੇ ਸਿੱਖਾਂ ਨੂੰ ਤੁਸੀਂ ਦੇਖੋ ਵਰਲਡ ਲੈਵਲ 'ਤੇ ਕਿੰਨੀ ਜੱਦੋ ਜਹਿਦ ਕਰਨੀ ਪੈ ਰਹੀ ਆ ਹਾਲੇ ਸਰਕਾਰ ਨਹੀਂ ਬਣੀ ਆ ਹਾਲੇ ਇਲੈਕਸ਼ਨ ਮੂਹਰੇ ਆ ਤੁਸੀਂ ਵੋਟਾਂ ਲੈਣੀਆਂ ਜਦੋਂ ਸਰਕਾਰ ਬਣ ਜੂੰਗੀ ਫਿਰ ਤੁਹਾਡੇ ਜਿਹੜੇ ਸਿੱਖਾਂ ਦੇ ਵੱਡੇ ਮਸਲੇ ਹੈਗੇ ਆ ਉਹ ਮੈਂ ਇਹ ਸੋਚਦਾ ਵੀ ਕਿੱਦਾਂ ਹੱਲ ਕਰਵਾਉਣਗੇ ਤੁਹਾਡੇ ਕੋਲੋਂ ਕਿਸੇ ਵੀ ਪੋਲੀਟੀਕਲ ਪਾਰਟੀ 'ਤੇ ਕੋਈ ਵਿਸ਼ਵਾਸ ਨਹੀਂ ਕਰਦੇ ਭਲਾ ਉਹ ਆਮ ਆਦਮੀ ਪਾਰਟੀ ਆ ਭਲਾ ਕੋਈ ਪਾਰਟੀ ਆ ਅਸੀਂ ਕਿਸੇ 'ਤੇ ਕੋਈ ਨਹੀਂ ਵਿਸ਼ਵਾਸ ਜਿੰਨਾ ਚੱਕ ਮੁੱਦੇ ਨਹੀਂ ਹੱਦ ਹੁੰਦੇ ਮੁੱਦਿਆਂ 'ਤੇ ਲੱਗੀਆਂ ਮੋਹਰਾਂ ਹੀ ਦੱਸਣਗੀਆਂ ਸਾਰੀ ਗੱਲ ਨੂੰ ਮੈਂ ਤੁਹਾਡੇ ਕੋਲ ਅਸਲ 'ਚ ਇਹ ਸੁਣਨਾ ਚਾਹੁੰਦਾ ਹੈਗਾ ਕਿ ਕਿਉਂ ਮੇਰੇ ਆਪਣੇ ਦਿਮਾਗ ਵਿੱਚ ਵੀ ਇਸ ਵੇਲੇ ਆਹੀ ਚੱਲ ਰਿਹਾ ਹੈਗਾ ਕਿ ਜਿੱਥੇ ਆਪਾਂ ਖੜ੍ਹੇ ਹਾਂ ਇਹ ਤੁਹਾਡੀ ਸਾਡੀ ਆਪਣੀ ਪਾਵਨ ਪਵਿੱਤਰ ਧਰਤੀ ਸਾਡੇ ਪੁਰਖਿਆਂ ਇੱਥੇ ਰਾਜ ਕੀਤਾ ਹੈ ਨਾ ਜੀ ਔਰ ਅੱਜ ਤਰਾਸਦੀ ਆ ਤੁਸੀਂ ਦੇਖੋ ਵੀ ਦੂਜਿਆਂ ਦੇ ਬੂਹਿਆਂ ਦੇ ਮੂਹਰੇ ਜਾ ਕੇ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ ਉਹ ਗੱਲ ਸੀਗੀ ਸਾਨੂੰ ਭਗਤ ਫਰੀਦ ਜੀ ਕਹਿੰਦੇ ਸੀਗੇ ਪਰ ਅੱਜ ਤੁਹਾਡੇ ਨਾਲ ਹਾਲਾਤ ਆਹ ਬਣ ਗਏ ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ 'ਤੇ ਮੈਂ ਹਾਂ ਭੁਪਿੰਦਰ ਸਿੰਘ ਸੱਜਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਅਰਵਿੰਦ ਕੇਜਰੀਵਾਲ ਔਰ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਪਰ ਸਵਾਲ ਉੱਠ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਈਨ ਨਹੀਂ ਕਰਦੇ ਪਏ ਫਾਈਲ ਦੇ ਉੱਪਰ ਜਿਹਦੇ ਕਰਕੇ ਉਹਨਾਂ ਦੀ ਪੱਕੀ ਰਿਹਾਈ ਰੁਕੀ ਹੋਈ ਹੈ ਸੋ ਉਸੇ ਤਹਿਤ ਚੱਬੇਆਲ ਵੱਖ ਵੱਖ ਇਲਾਕਿਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਮੈਨੂੰ ਲੱਗਦਾ ਕਿ ਆਉਂਦੇ ਇੱਕ ਦੋ ਦਿਨਾਂ ਬਾਅਦ ਜੇ ਮਸਲਾ ਨਾ ਹੱਲ ਕੀਤਾ ਗਿਆ ਤਾਂ ਵਿਰੋਧ ਹੋਣਾ ਸ਼ੁਰੂ ਹੋ ਜਾਊਗਾ ਇੱਕ ਵਾਰ ਮਰਜਾ ਉੱਧਰ ਕਰਕੇ ਦਿਖਾ ਦਿਓ ਜੀ ਅੱਜ ਆਪਾਂ ਜਸਵੀਰ ਸਿੰਘ ਜੀ ਰਾਜਾ ਹਲਕਾ ਇੰਚਾਰਜ ਟਾਂਡਾ ਉੜਮੁੜ ਉੱਥੇ ਆਏ ਹੋਏ ਹਾਂ ਜੀ ਉਹਨਾਂ ਦੇ ਕੋਲ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਨੇ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਹਾਜ਼ਰ ਨੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਪਾਂ ਇੱਕ ਦੋ ਸਵਾਲ ਕਰ ਲੈਂਦੇ ਹਾਂ ਰਾਜਾ ਜੀ ਦੇ ਨਾਲ ਰਾਜਾ ਜੀ ਕੀ ਕਹਿਣਾ ਚਾਹੁੰਦੇ ਹੋ ਮਸਲਾ ਸਾਰੀਆਂ ਕਾਨੂੰਨੀ ਅੜਚਣਾ ਖਤਮ ਹੋ ਚੁੱਕੀਆਂ ਕੇਵਲ ਉਹਨਾਂ ਦੇ ਸਾਈਨ ਹੋਣੇ ਬਾਕੀ ਆ ਸਾਈਨ ਨਹੀਂ ਕਰ ਰਹੇ ਦੇਖੋ ਭਾਅ ਜੀ ਜਿੰਨੇ ਵੀ ਸੰਗਤਾਂ ਇੱਥੇ ਚੱਲ ਕੇ ਆਈਆਂ ਮੇਰੇ ਆਪਣੇ ਪਰਿਵਾਰ ਆ ਜੀ ਆਇਆਂ ਨੂੰ ਤੁਸੀਂ ਆ ਦਿੱਤਾ ਆ ਇਹਦੇ 'ਤੇ ਮੈਂ ਪੜ੍ਹੂੰਗਾ ਕਿਉਂਕਿ ਪਹਿਲਾਂ ਤਾਂ ਆਪਾਂ ਟੀ ਵੀ 'ਤੇ ਸੁਣਦੇ ਜਾਂ ਕਿੱਦਾਂ ਹੈ ਨਾ ਤੁਸੀਂ ਅੱਜ ਕਾਗਜ਼ਾਤ ਦਿੱਤੇ ਆ ਮੈਂ ਪੜ੍ਹੂੰਗਾ ਵੀ ਇਹਦੇ 'ਤੇ ਵਿਚਾਰ ਕਰਕੇ ਮੈਂ ਆਪਣੀ ਪਾਰਟੀ ਦੇ ਪ੍ਰਧਾਨ ਸਾਹਿਬਾਨ ਨਾਲ ਹੋਰ ਜ਼ਿਲ੍ਹੇ ਟੀਮ ਨਾਲ ਬੈਠ ਕੇ ਅਸੀਂ ਰਿਕੁਐਸਟ ਕਰਾਂਗੇ ਵੀ ਭਾਈ ਇਹ ਜਿਹੜਾ ਮਸਲਾ ਆ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਅੱਛਾ ਇੱਕ ਚੀਜ਼ ਤੁਸੀਂ ਦੇਖੋ ਸਾਡੇ ਪੱਤਰਕਾਰ ਨਾਲ ਜਦੋਂ ਭਗਵੰਤ ਮਾਨ ਜੀ ਦੇ ਨਾਲ ਸਵਾਲ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਤਾਂ ਕਦੀ ਉਹ ਕਹਿੰਦੇ ਆ ਕਿ ਫਾਈਲ ਐਲਜੀ ਦੇ ਕੋਲ ਪਈ ਆ ਮਤਲਬ ਉਹ ਇਹ ਕਹਿੰਦੇ ਆ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਵੀ ਸਾਡੇ ਵੱਲੋਂ ਸਾਰੀ ਕਲੀਨ ਚਿੱਟ ਆ ਪਰ ਮੈਂ ਇਹ ਸੋਚਦਾ ਪਿਆ ਵੀ ਪਾਰਟੀ ਫਿਰ ਇੰਨਾ ਵਿਰੋਧ ਝੱਲ ਕਿਉਂ ਰਹੀ ਆ ਫਿਰ ਉਹ ਕਲੀਅਰ ਕਿਉਂ ਨਹੀਂ ਕਰ ਦਿੰਦੇ ਕਿਉਂ ਨਹੀਂ ਦਸਤਾਵੇਜ਼ ਕਲੀਅਰ ਕਰ ਦਿੰਦੇ ਵੀ ਆਹ ਵੇਖੋ ਵੀ ਅਸੀਂ ਮਸਲਾ ਹੱਲ ਕਰ ਦਿੱਤਾ ਹੋਇਆ ਫਾਈਲ ਐਲਜੀ ਦੇ ਕੋਲ ਪਈ ਹੋਈ ਆ ਉਹਦੇ 'ਚ ਦੇਖੋ ਦੋ ਤਿੰਨ ਗੱਲਾਂ ਭਾਅ ਜੀ ਹੁੰਦੀਆਂ ਕੇਜਰੀਵਾਲ ਸਾਹਿਬ ਤੋਂ ਤੁਸੀਂ ਕਹਿੰਦੇ ਫਾਈਲ ਪਈ ਆ
ਮੈਨੂੰ ਨਹੀਂ ਪਤਾ ਇਹਦੇ ਵਿੱਚ ਡਾਕੂਮੈਂਟਸ ਦਿੱਤਾ ਕਿ ਨਹੀਂ, ਮੈਂ ਪੜ੍ਹ ਲਊਂਗਾ ਜੀ। ਜਿੰਨੀ ਕੁ ਸਾਨੂੰ ਨੌਲੇਜ ਹਾਸਲ ਹੋਈ ਸੀ ਪਹਿਲਾਂ ਕਿ ਜਿਹੜੀ ਫਾਈਲ ਆ ਕੇਜਰੀਵਾਲ ਦੀ ਪਾਵਰ ਉਨੀ ਨਹੀਂ ਜਿੰਨੀ ਐਲ ਜੀ ਦੀ ਆ। ਐਲ ਜੀ ਤੋਂ ਕੇਜਰੀਵਾਲ ਨਾਲੋਂ ਜ਼ਿਆਦਾ ਪਾਵਰ ਆ। ਕੇਜਰੀਵਾਲ ਨਇਆ ਵੀ ਸਾਈਨ ਕਰੇ, ਐਲ ਜੀ ਤੋਂ ਪਾਵਰ ਆ, ਉਹ ਸਾਈਨ ਕਰ ਸਕਦਾ। ਪਰ ਜੇ ਇੱਕ ਮਿੰਟ ਵੀਰ ਮੇਰਾ, ਇੱਕ ਮਿੰਟ, ਠੀਕ ਆ। ਜੇ ਕੋਈ ਕਾਨੂੰਨ, ਕਿਉਂਕਿ ਮੈਨੂੰ ਪਤਾ ਨਹੀਂ ਗਾ ਕਾਨੂੰਨ ਬਾਰੇ, ਮੈਂ ਐਵੇਂ ਕਹਾਂ, ਜੇ ਕੇਜਰੀਵਾਲ ਸਾਹਿਬ ਤੋਂ ਫਾਈਲ ਆਈ ਆ ਕੋਈ ਅੜਚਨ ਨਹੀਂ ਤਾਂ ਫਿਰ ਹੋ ਜਾਣੇ ਚਾਹੀਦੇ ਸਾਈਨ, ਮੇਰਾ ਆਪਣਾ ਓਪੀਨੀਅਨ ਆ, ਠੀਕ ਹੈ ਨਾ। ਬਾਕੀ ਹੁਣ ਜਿਹੜਾ ਫਾਈਲ ਰੱਖਾਂਗੇ ਅਸੀਂ, ਤੁਹਾਡੀ ਦਿੱਤੀ ਹੋਈ ਆ ਜੋ ਦਸਤਾਵੇਜ਼ ਹੈ, ਇਹ 'ਤੇ ਜੋ ਡਿਸਟਸ ਹੋਊਗਾ, ਜੋ ਇਹਦੇ 'ਚੋਂ ਸਾਨੂੰ ਸਮਝ ਆਏਗਾ, ਉਹ ਅਸੀਂ ਉਹ ਗੱਲ ਤੁਹਾਡੀ ਸਾਰਿਆਂ ਦੀ ਅੱਗੇ ਜ਼ਰੂਰ ਰੱਖਾਂਗੇ ਅਸੀਂ ਭਾਅ ਜੀ, ਤੁਹਾਨੂੰ ਪ੍ਰੋਮਿਸ ਹੈ ਸਾਰਿਆਂ। ਜਿੱਦਾਂ ਤੁਹਾਡੇ ਇੱਕ ਕੈਂਡੀਡੇਟ ਹੈਗੇ ਨੇ ਬਲਜਿੰਦਰ ਕੌਰ ਜੀ, ਉਹ ਕੁਛ ਇੱਦਾਂ ਦੀ ਗੱਲਬਾਤ ਕਰ ਰਹੇ ਆ, ਕਹਿੰਦੇ ਵੀ ਇਹਦੇ ਨਾਲ ਨਾ ਸਾਡੀ ਹਿੰਦੂ ਵੋਟ ਕਹਿੰਦੇ ਟੁੱਟ ਜਾਊਗੀ। ਸੋ ਜਿਹੜੀ ਉਹਨਾਂ ਦੀ ਆਹ ਗੱਲ ਹੈਗੀ ਆ, ਇਹ ਬੜੀ ਪਿੰਚ ਕਰਦੀ ਆ ਕੌਮ ਨੂੰ ਵੀ ਆਹ ਕਿੱਥੇ ਕਿੱਥੇ ਖੜੀ ਆ, ਜੇ ਪਾਰਟੀ ਹਾਲੇ ਤੁਹਾਡੀ ਸਰਕਾਰ ਨਹੀਂ ਬਣੀ ਆ ਹਾਲੇ, ਜਦੋਂ ਸਰਕਾਰ ਬਣ ਜਾਊਗੀ ਫਿਰ ਕਿਹਨਾਂ ਨੂੰ ਦੇਖੋਗੇ? ਘੱਟ ਗਿਣਤੀ ਕੌਮਾਂ ਦਾ ਤਾਂ ਪਹਿਲਾਂ ਹੀ ਬੁਰਾ ਹਾਲ ਆ। ਐਕਚੁਅਲੀ ਉਹਨਾਂ ਦੀ ਵਿਚਾਰ ਭਾਵਨਾ ਕਹਿਣੇ ਦੀ ਹੋਰ ਹੋ ਸਕਦੀ ਆ ਜੀ, ਕਿਉਂਕਿ ਆਪਾਂ ਸਾਰੇ ਪੰਜਾਬ ਦੇ ਵਿੱਚ ਰਹਿੰਦੇ ਹਾਂ ਜੀ। ਮਾਫ਼ ਕਰਿਓ, ਅੱਜ ਤੱਕ ਵੀਰੇ ਪੋਲੀਟੀਸ਼ੀਅਨ ਨੇ ਧਰਮ ਅਤੇ ਸਿਆਸਤ ਕਰਕੇ ਹੀ ਹਾਸਲ ਕੀਤਾ ਆ ਜੀ। ਜਦੋਂ ਇਲੈਕਸ਼ਨ ਆਉਂਦੀ ਆ ਕੋਈ ਨਾ ਕੋਈ ਬੇਅਦਬੀਆਂ ਦੇ ਰੂਪ 'ਚ ਚੱਲਦਾ, ਕੋਈ ਬੰਬ ਕਾਢ 'ਚ ਚੱਲਦਾ, ਕਿੰਨੇ ਘਰਾਂ ਦੇ ਚਿਰਾਗ ਬੁਝਾਏ ਜਾਂਦੇ ਆ, ਉਸ ਭਾਵਨਾ ਨੂੰ ਸ਼ਾਇਦ ਉਹਨੇ ਜ਼ਿਕਰ ਕੀਤਾ ਹੋਏਗਾ ਵੀ ਠੀਕ ਆ ਭਾਈ, ਪਿਛਲੀ ਵਾਰੀ ਆਮ ਆਦਮੀ ਪਾਰਟੀ ਇੱਕ ਸੀਗੀ ਪਿੰਡਾਂ 'ਚ, ਸਾਨੂੰ ਟੋਪੀ ਵਾਲੇ, ਸ਼ਹਿਰ 'ਚ ਸਾਨੂੰ ਖਾਲਿਸਤਾਨੀ ਬਣਾਤਾ ਸੀ। ਇਹ ਏਜੰਸੀਆਂ, ਇਹ ਆਮ ਬੰਦੇ ਦੀ ਗੱਲ ਨਹੀਂ ਹੁੰਦੀ ਭਾਅ ਜੀ, ਇਹ ਏਜੰਸੀਆਂ ਦੇ ਫਾਰਮੂਲੇ ਹੁੰਦੇ ਆ। ਹੁਣ ਦੇਖੋ ਆਪਾਂ ਪਿਛਲਾ ਇਤਿਹਾਸ ਪੜ੍ਹਦੇ ਹਾਂ, ਜਿੱਦਾਂ ਦੇ ਤੁਸੀਂ ਨੌਜਵਾਨ ਉੱਦਾਂ ਦੇ ਅਸੀਂ ਸੀਗੇ, ਠੀਕ ਹੈ ਨਾ। ਕੀ ਹੋਇਆ ਕਿ ਰਾਜਨੀਤੀ ਨੇ ਹਮੇਸ਼ਾ ਧਰਮ ਦੀ ਆੜ ਲੈ ਕੇ ਸਰਕਾਰਾਂ ਬਣਾਈਆਂ ਤਾਂ ਧਰਮ ਨੂੰ ਹੀ ਖੋਰਾ ਲਾਇਆ। ਪਰ ਹੁਣ ਜਿਹੜੀ ਰਾਜਨੀਤੀ ਤੁਹਾਡੀ ਪਾਰਟੀ ਕਰ ਰਹੀ ਆ, ਕੇਜਰੀਵਾਲ ਜੀ ਕਰ ਰਹੇ ਨੇ, ਜਦੋਂ ਉਹ ਬੀਬੀ ਜੀ ਆਹ ਗੱਲ ਕਹਿੰਦੇ ਆ ਜਦੋਂ ਹਿੰਦੂ ਵੋਟ ਟੁੱਟਦੀ ਆ, ਫਿਰ ਇਹ ਵੀ ਤਾਂ ਉੱਦਾਂ ਦੀ ਗੱਲ ਹੀ ਹੋਈ ਨਾ ਵੀ ਅਸੀਂ ਉਹਨਾਂ ਨੂੰ ਖੁਸ਼ ਰੱਖਣਾ ਵੀ ਸਿੱਖਾਂ ਦੇ, ਤੁਹਾਡੇ ਕੋਈ ਗੱਲ ਨਹੀਂ, ਹੈ ਨਾ। ਤਰੀਕਾ ਹੋਰ ਹੋ ਸਕਦਾ, ਜੋ ਜਿੰਨੀ ਕੁ ਭਾਵਨਾ, ਮੈਂ ਸਮਝਦਾ ਵੀ ਜਿੰਨੀ ਕੁ ਪੁਰਾਣੀ ਸਿਆਸਤ ਨੂੰ ਅਸੀਂ ਦੇਖਦੇ ਹਾਂ, ਜਿੰਨੀ ਕੁ ਪੁਰਾਣੀ ਸਿਆਸਤ ਨੂੰ ਮੈਂ ਜਾਣਦਾ ਹਾਂ ਜਾਂ ਮੈਂ ਪੜ੍ਹਿਆ ਆ ਉਹਦੇ ਬਾਰੇ, ਹਮੇਸ਼ਾ ਅੱਜ ਤੱਕ ਮੈਂ ਤੁਹਾਡੇ ਚੈਨਲ ਰਾਹੀਂ ਦੱਸਣ ਲੱਗਾ, ਚਾਹੇ ਜਿਹੜੀ ਮਰਜ਼ੀ ਸਰਕਾਰ ਹੋਵੇ, ਜਿੰਨਾ ਚਿਕਰ ਧਰਮ ਦੇ ਅਧੀਨ ਸਰਕਾਰਾਂ ਨਹੀਂ ਚੱਲਣੀਆਂ ਨਾ, ਉਨਾ ਚਿਕਰ ਲੋਕਾਂ ਨੂੰ ਇਨਸਾਫ ਨਹੀਂ ਭਰਾ ਮਿਲਣਾ। ਪਰ ਜੇ ਤੁਹਾਡੀ ਪਾਰਟੀ ਵੀ ਧਰਮ ਦੇ ਜੇ ਨਹੀਂ ਚੱਲਦੀ ਉਹਦੇ ਮੁਤਾਬਕ ਤੁਹਾਡੀ ਪਾਰਟੀ, ਦੇਖੋ ਉਹ ਲੋਕ ਫੈਸਲਾ ਕਰ ਦੇਣਗੇ ਭਾਈ, ਤੁਹਾਡਾ ਕੀ ਸਟੈਂਡ ਹੋਊਗਾ? ਦੇਖੋ ਮੈਂ ਆਪਣੀ ਗੱਲ ਕਰ ਸਕਦਾ, ਧਰਮਾਂ ਦੇ ਅਧੀਨ ਧਰਮ ਦੀ ਸੋਚ ਨਾਲ ਸਿਆਸਤ ਕਰਨੀ ਚਾਹੀਦੀ ਆ, ਨਾ ਕਿ ਆਪਣੀ ਸੋਚ ਨਾਲ ਧਰਮ ਨੂੰ ਚਲਾਉਣਾ ਚਾਹੀਦਾ। ਮੇਰੀ ਸੋਚ ਇਹ ਆ, ਤੁਹਾਡੀ ਸੋਚ ਇਹ ਹੈਗੀ, ਪਰ ਜੇ ਤੁਹਾਡੇ ਸੁਪਰੀਮੋ ਇੱਦਾਂ ਨਹੀਂ ਕਰਦੇ ਫਿਰ ਤੁਹਾਡਾ ਕੀ ਸਟੈਂਡ ਹੋਊਗਾ? ਨਹੀਂ, ਮੌਕਾ ਤਾਂ ਦਈਏ, ਮੌਕਾ ਤੇ ਹੱਥ 'ਚ ਉਹਨਾਂ ਦੇ ਹੈਗਾ, ਮੌਕਾ ਨਹੀਂ, ਮੌਕਾ ਤਾਂ ਉਹਨਾਂ ਦੇ ਹੱਥ 'ਚ ਹੈਗਾ, ਫਾਈਲ ਉਹਨਾਂ ਦੇ ਹੱਥ ਵਿੱਚ ਆ, ਸਾਈਨ ਕਰ ਦੇਣ, ਮੌਕਾ ਤਾਂ ਦਿੱਤਾ ਹੋਇਆ ਉਹਨਾਂ ਨੂੰ। ਜਿਹੜੀ ਚੀਜ਼ ਬਾਰੇ ਨਹੀਂ ਪਤਾ ਨਾ ਉਹਦੇ 'ਚ ਐਵੇਂ ਕੋਈ ਬੋਲਣਾ ਕੋਈ ਚੰਗੀ ਗੱਲ ਨਹੀਂ, ਐਵੇਂ ਮੈਂ ਪ੍ਰੋਰਟੀ ਲੈਣ ਨੂੰ ਕੋਈ ਐਵੇਂ ਉੱਦਾਂ ਦੀਆਂ ਗੱਲਾਂ ਬੋਲੀ ਚੱਲਾਂ, ਮੈਂ ਤਾਂ ਉਹ ਗੱਲਾਂ ਕਰਦਾ ਜਿਹੜੇ ਆਪਾਂ ਸਾਰੇ ਇੱਥੇ ਜਿੰਨੇ ਖੜੇ ਆ ਸਾਰਿਆਂ ਦੀਆਂ ਭਾਵਨਾਵਾਂ, ਆਪਾਂ ਸਥਾ 'ਤੇ ਬੈਠ ਕੇ ਕੀ ਕਰਦੇ ਹਾਂ ਗੱਲਾਂ, ਸਥਾ 'ਤੇ ਬੈਠ ਕੇ ਆਪਾਂ ਪਿੰਡਾਂ ਦੇ ਰਹਿਣ ਵਾਲੇ ਹਾਂ, ਆਮ ਲੋਕ ਹਾਂ, ਸਥਾ ਦੇ ਵਿੱਚ ਕੀ ਹੁੰਦਾ ਵੀ ਹਮੇਸ਼ਾ ਸਿਆਸਤ ਨੇ ਧਰਮ ਦੀ ਆੜ ਲੈ ਕੇ ਸਰਕਾਰਾਂ ਬਣਾਈਆਂ ਤਾਂ ਧਰਮ ਨੂੰ ਹੀ ਨੁਕਸਾਨ ਪਹੁੰਚਾਇਆ, ਆਹ ਗੱਲਾਂ ਕਰਦੇ ਆਪਾਂ ਪਰਾਂ ਦੇ ਵਿੱਚ। ਪਰ ਤੁਸੀਂ ਦੇਖੋ ਨਾ, ਜੇ ਇੰਨਾ ਗੁੱਸਾ ਝੱਲ ਰਹੇ ਆ ਅਰਵਿੰਦ ਕੇਜਰੀਵਾਲ ਸਿੱਖ ਕੌਮ ਦਾ ਇੰਨਾ ਗੁੱਸਾ ਝੱਲ ਰਹੇ ਆ, ਜੇ ਉਹ ਆਪਣੀ ਜਗ੍ਹਾ ਠੀਕ ਹੋਣ, ਉਹਨਾਂ ਨੇ ਤਾਂ ਮੈਨੂੰ ਲੱਗਦਾ ਹੁਣ ਤੱਕ ਇਕੱਲੇ ਸਿੱਖ ਦੇ ਬੂਹੇ ਮੁਰੇ ਉਹਨਾਂ ਨੇ ਪੋਸਟਰ ਲਾ ਦੇਣੇ ਸੀਗੇ ਵੀ ਆਹ ਦੇਖੋ ਜੀ ਮੈਂ ਆਪਣਾ ਮਸਲਾ ਹੱਲ ਕਰ ਚੁੱਕਾ ਹਾਂ, ਇਹ ਹੁਣ ਐਲ ਜੀ ਦੇਖੇ ਜਾਂ ਉਹ ਵੇਖਣਾ। ਚਲੋ ਦੇਖੋ, 5-10 ਦਿਨ ਤੋਂ ਗੱਲ ਹੋਈ ਆ, ਟਾਈਮ ਦੇਣਾ ਚਾਹੀਦਾ ਕਿ ਜਿਹੜਾ ਵੀ ਮਰਜ਼ੀ ਬੰਦਾ ਹੋਵੇ ਨਾ, ਟਾਈਮ ਜ਼ਰੂਰ ਦੇਣਾ ਚਾਹੀਦਾ, ਉਹਦੇ ਵਿੱਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਫਿਰ ਉਹਦੇ 'ਤੇ ਮੈਂ ਕਹਿੰਦਾ ਹੁੰਦਾ ਸੱਟ ਮਾਰੋ। ਕੋਈ ਵੀ ਆਪਣੇ ਧਰਮ ਦੇ ਅਧੀਨ ਵੀ ਆ, ਤਿੰਨ ਮੌਕੇ ਤਾਂ ਅਸੀਂ ਉੱਦਾਂ ਹੀ ਦੇ ਦੇਈਦੇ ਅਗਲੇ ਨੂੰ ਵੀ ਭਾਈ ਤੈਨੂੰ ਪਹਿਲੀ ਵਾਰ ਨੇ, ਇੱਕ ਦੂਜੀ ਵਾਰ ਨੇ, ਇੱਕ ਤੀਜੀ ਵਾਰ ਨੇ, ਕਿ ਪੇ ਐਕਸ਼ਨ ਹੁੰਦਾ ਧਰਮ ਦੇ ਅਧੀਨ ਵੀ ਆਪਾਂ ਗੱਲ ਕਰੀਏ। ਕੋਈ ਨਹੀਂ, ਜਿਹੜਾ ਤੁਹਾਡਾ ਮਸਲਾ ਆ ਮੈਂ ਤੁਹਾਡਾ ਪ੍ਰੋਮਿਸ ਕਰਦਾ ਹਾਂ, ਅਸੀਂ ਆਪਣੇ ਸਾਰੇ ਭਾਈਚਾਰਾ ਹੁਸ਼ਿਆਰਪੁਰ ਦੇ ਵੀ ਜਿੰਨੇ ਕੈਂਡੀਡੇਟ ਆ ਬੈਠ ਕੇ ਵਿਚਾਰ ਕੇ ਉਹਨਾਂ ਨਾਲ ਗੱਲ ਜ਼ਰੂਰ ਕਰਾਂਗੇ, ਭਾਵੇਂ ਦੀ ਤੁਸੀਂ ਸਾਨੂੰ ਪੁੱਛ ਵੀ ਲਓ ਵੀ ਭਾਈ ਕੀਤੀ ਕਿ ਨਹੀਂ ਕੀਤੀ ਜਾਂ ਕੀ ਆਂਸਰ ਆ, ਕਰਾਂਗੇ ਵੀਰੇ। ਲਾਸਟ ਸਵਾਲ ਮੇਰਾ ਤੁਹਾਡੇ ਕੋਲ ਹੈਗਾ, ਤੁਸੀਂ ਦੇਖੋ ਇੱਕ ਮਸਲਾ ਜਿਹੜਾ ਕਿ ਵਾਜਬ ਆ
ठीक है जी, सज़ा पूरी हो चुकी है, कानूनी अड़चणा मुक चुकी हैं, सिर्फ उन्होंने साइन होने बाकी आ, सिर्फ एक छोटा जिहा मसला रह गया ना जी हुण, सिर्फ साइन होने, मतलब वो कराने के वास्ते सिखां नूं तुसीं देखो वर्ल्ड लैवल ते कितनी जद्दोजहद करनी पै रही है। हले सरकार नहीं बनी है, हले इलैक्शन मोहरे आ, तुसीं वोटां लैणियां, जदों सरकार बण जूगी फिर तुहाडे जिहड़े सिखां दे वड्डे मसले हैगे आ, उह मैं इह सोचदा वी किद्दां हल करवाउणगे तुहाडे कोलों। भाई जी एक वीर मेरा जरूर है, देखो जी जिहड़ा इंसान है ना धर्मी इंसान जी, वो जुल्म नहीं करता जी, धर्मी इंसान जी, हरेक धर्म दे विच चंगे बंदे भी आ माड़े भी आ, हरेक च हरेक कंट्री चंगे बंदे भी आ माड़े भी आ, ठीक है ना। हाले साडी स्टार्टिंग है, असीं नवे आ पोलीटिशन च बिच बढ़ांगे, देखांगे की है की नहीं, पर मौका तो दिओ ना, समझे ना, मौका तो देना चाहिए एक इंसान नूं, तुसीं आ दित्ते आ, असीं इहदे ते विचार करांगे पढ़ांगे, जो साडे वालों ये ना कदी मन च रखियो कि साडी बदनीयत करके असीं नहीं उन्हां नूं पुछिया जां नहीं गए, सानूं भरोसा आ, सानूं माण आ, इको एक मुख्यमंत्री आ पंजाब च हिंदुस्तान च जिन्हें कोई भी सहूलत दिती, जात पात नूं वंड के नहीं दिती, पहली गल सुन लो, ठीक है जी। चलो एक वीर दा सवाल जी, 2017 दे विच मैं भुपिंदर सिंह जी तुहाडे चैनल दे अगे बहुत बारे गल कह चुका हाँ जी, 2017 दे विच असी पंज सिंघ दिल्ली चांदनी चौंक उतरे सी रेलवे स्टेशन ते, असी जाणा सी गुरद्वारा रकाबगंज साहब, ਉੱਥੇ ਜਾਣ ਲੱਗੇ ਜਦੋਂ ਅਸੀਂ ਮੈਟਰੋ 'ਚ ਬੈਠਣ ਲੱਗੇ ਤਾਂ ਸਾਨੂੰ ਆ ਸ਼ਸਤਰਾਂ ਨਾਲ ਮੈਟਰੋ 'ਚ ਨਹੀਂ ਬੈਠਣ ਦਿੱਤਾ ਗਿਆ, ਅਤੇ ਮੇਰੇ ਮੂਹਰੇ ਉਸਦੇ ਔਫਿਸਰ ਨੇ ਦਿੱਲੀ ਗੌਰਮੈਂਟ ਦਾ ਆਰਡਰ ਲਿਆ ਕੇ ਮੇਰੇ ਹੱਥ 'ਚ ਦਿੱਤਾ, ਕੇਜਰੀਵਾਲ ਸਾਹਿਬ ਦਾ ਲਿਖਿਆ ਹੋਇਆ ਕਿ ਸਿੱਖ ਜਿਹੜਾ ਹੈ 6 ਇੰਚ ਦੀ ਸ਼ਰੀਸਾ ਪਾ ਕੇ ਹੀ ਮੈਟਰੋ 'ਚ ਜਾ ਸਕਦਾ, ਉਹ ਤੋਂ ਵੱਡਾ ਤੁਸੀਂ ਸ਼ਸਤਰ ਨਹੀਂ ਪਾ ਸਕਦੇ, ਕਿ ਇਹ ਤੋਂ ਵੱਡਾ ਜ਼ੁਲਮ। ਦੂਸਰੀ ਗੱਲ, ਦਿੱਲੀ ਦੇ ਵਿੱਚ 22 ਦਿਨ ਡਰਾਈ ਡੇ ਹੁੰਦਾ ਸੀਗਾ, ਆਰ ਟੀ ਆਈ ਦੇ ਪਰੂਫ ਨੇ 22 ਦਿਨ ਦਿੱਲੀ 'ਚ ਡਰਾਈ ਡੇ ਹੁੰਦਾ ਸੀ ਅੱਗੇ, 22 ਦਿਨ ਉੱਥੇ ਕੋਈ ਮਾਸ ਅਤੇ ਸ਼ਰਾਬ ਦੀਆਂ ਦੁਕਾਨਾਂ ਨਹੀਂ ਖੁੱਲਦੀਆਂ ਸੀ, ਪਰ ਹੁਣ ਉਹ 17 ਦਿਨ ਡਰਾਈ ਡੇ ਕਰਤਾ, ਅਤੇ ਉਹਨਾਂ ਦੇ ਵਿੱਚ ਇੱਕ ਦਿਨ ਉਹ ਕੱਟਿਆ ਜਿਸ ਦਿਨ ਇਹਨਾਂ ਦੀ ਕੌਮ ਦੀ ਖਾਤਰ, ਹਿੰਦੂ ਧਰਮ ਦੀ ਖਾਤਰ ਨਵੇਂ ਪਾਤਸ਼ਾਹ ਨੇ ਚਾਂਦਨੀ ਚੌਂਕ ਦੇ ਵਿੱਚ ਛੱਡ ਦਿੱਤੀ ਸੀ, ਹੁਣ ਉਹਨਾਂ ਦੇ ਉਸ ਦਿਨ 'ਤੇ ਡਰਾਈ ਡੇ ਨਹੀਂ ਹੁੰਦਾ। ਤੁਸੀਂ ਕਹਿੰਦੇ ਹੋ ਕਿ ਸਾਡੀ ਪਾਰਟੀ ਧਰਮ ਦੀ ਰਾਜਨੀਤੀ ਜਿਹੜੀ ਹੈਗੀ ਸਾਰੇ ਸ਼੍ਰੇਣੀਆਂ ਨੂੰ ਬਰਾਬਰ ਸਮਝਦੀ ਹੈ, ਅਤੇ ਫਿਰ ਸਿੱਖਾਂ ਦੀ ਅਹਿਮੀਅਤ ਕੀ ਹੈ ਇਸ ਦੇਸ਼ ਵਿੱਚ ਮਨਿਓਰਟੀ? ਮੈਨੂੰ ਲੱਗਦਾ ਕਿ ਬਹੁਤ ਵੱਡੀ ਗੱਲ ਆ, ਸ੍ਰੀ ਸਾਹਿਬ ਕੈਰੀ ਕਰ ਰਹੇ ਜਿਹੜੀ ਗੱਲ ਕਿ ਸੰਵਿਧਾਨ ਦੇ ਮੁਤਾਬਕ ਵੀ ਬਾਤ, ਮੇਰਾ ਖਿਆਲ ਹੈ ਜੋ ਜਿੰਨੇ ਖੜ੍ਹੇ ਆ ਤਕਰੀਬਨ 50% ਨੇ ਇੰਟਰਨੈਸ਼ਨਲ ਫਲਾਈਟਾਂ ਯੂਜ਼ ਕੀਤੀਆਂ ਨਾ ਆਪਾਂ, ਕੀਤੀਆਂ ਨਾ ਵੀਰੇ, ਦੱਸੋ ਮੈਨੂੰ ਕੀਤੀਆਂ ਕਿ ਨਹੀਂ ਕੀਤੀਆਂ ਨਾ? ਇੰਨੀ ਕਿਰਪਾਨ ਤੋਂ ਸਿਵਾਏ ਸਾਨੂੰ ਪਾਉਣ ਨਹੀਂ ਦਿੱਤੀ ਜਾਂਦੀ ਸੀ, ਮੈਂ ਵੀ ਫਲਾਈਟਾਂ ਦੇ ਵਿੱਚ ਜਾਂਦਾ ਰਿਹਾ। ਜਿਹੜਾ ਇਹ ਸੰਵਿਧਾਨ ਦੀ ਗੱਲ ਕਰਦੇ, ਇੱਕ ਮਿੰਟ ਵੀਰ ਮੈਂ ਰਿਕੁਐਸਟ ਕਰਦਾ ਦੁਬਾਰਾ ਪੜ੍ਹਿਓ, ਸੈਂਟਰ ਗੌਰਮੈਂਟ ਦਾ ਲਾ ਆ ਨਾ ਕਿ ਦਿੱਲੀ ਗੌਰਮੈਂਟ ਦਾ, ਕਿਉਂਕਿ ਇਹ ਕਿਹਦੇ ਨਾਲ ਰਿਲੇਟਡ ਆ ਪੁਆਇੰਟ? ਸਿਕਿਉਰਿਟੀ ਨਾਲ, ਪੁਲਿਸ ਅੰਡਰ ਮੋਦੀ ਸਰਕਾਰ, ਦਿੱਲੀ ਦੀ ਪੁਲਿਸ ਅੰਡਰ ਮੋਦੀ ਸਰਕਾਰ ਆ, ਉਹ ਕੇਜਰੀਵਾਲ ਦੇ ਅੰਡਰ ਨਹੀਂ ਗੀ। ਚਲੋ, ਪੁਲਿਸ ਦਾ ਕੰਮ ਕੀ ਆ? ਪ੍ਰੋਟੈਕਸ਼ਨ ਕਰਨੀ, ਕਾਨੂੰਨ ਬਣਾਉਣਾ, ਵੀ ਜਿਹਦੇ ਨਾਲ ਕੋਈ ਗੱਲ ਨਾ ਹੋ ਜਾਵੇ, ਬਾਤ ਨਾ ਹੋ ਜਾਵੇ। ਭਰਾ ਮੇਰਿਆ, ਬੜੇ ਬੜੇ ਜਥੇਬੰਦੀਆਂ ਦੇ ਜਥੇਦਾਰ ਆਪਾਂ ਜਾਂਦੇ ਹਾਂ ਏਅਰਪੋਰਟਾਂ 'ਤੇ, ਕਾਨੂੰਨ ਨੂੰ ਫੋਲੋ ਕਰਦੇ ਹਾਂ ਨਾ, ਕਰਦੇ ਨਾ ਭਰਾ ਮੇਰਿਆ, ਠੀਕ ਹੈ? ਦਿੱਲੀ ਦੇ ਵਿੱਚ ਜਿਹੜਾ, ਮੈਨੂੰ ਲੱਗਦਾ ਕਿ ਆਪਾਂ ਇਸ ਗੱਲ 'ਤੇ ਨਾਲ ਜੀ ਆਪਾਂ ਆਪਣੇ ਮੁੱਦੇ, ਮੈਨੂੰ ਲੱਗਦਾ ਕਿ ਆਪਾਂ ਇੱਥੇ ਰਹੀਏ, ਹਾਂਜੀ ਇਹ ਆਪਾਂ ਉਸ 'ਤੇ ਰਹੀਏ ਜੀ, ਮੈਨੂੰ ਲੱਗਦਾ ਜੀ 2017 'ਚ ਮੇਰੀ ਗੱਲ ਸੁਣੋ, ਮੈਂ ਸੰਦੀਪ ਸਿੰਘ ਜੀ, ਮੇਰੀ ਇੱਛਾ ਦੇਖੋ, ਮੇਰੀ ਇੱਛਾ ਆ ਇੱਕ ਪੱਤਰਕਾਰ ਹੋਣ ਦੇ ਨਾਤੇ ਵੀ, ਇੱਕ ਸਿੱਖ ਹੋਣ ਦੇ ਨਾਤੇ ਵੀ, ਆਪਾਂ ਜਿਸ ਮੁੱਦੇ 'ਤੇ ਆਏ ਹਾਂ ਨਾ ਉੱਥੇ ਰਹੀਏ, ਕਿਉਂਕਿ ਤੁਸੀਂ ਦੇਖੋ ਉਹ ਕਿਉਂਕਿ ਉਸ ਸੰਬੰਧ ਵਿੱਚ ਤਾਂ ਖੁਦ ਕਹਿ ਰਿਹਾ ਕਿ ਅਸੀਂ ਆਪ ਚਾਹੁੰਦੇ ਹਾਂ ਕਿ ਉਹਨਾਂ ਦੀਆਂ ਰਿਹਾਈਆਂ ਹੋਣੀਆਂ ਚਾਹੀਦੀਆਂ। ਆਹ ਜਿਹੜੀਆਂ ਆਹ ਗੱਲਾਂ ਕਰ ਰਹੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਸਗੋਂ ਬਲ ਮਿਲਦਾ ਉਹਨਾਂ ਦੇ ਕੋਲ ਕਹਿਣ ਵਾਸਤੇ, ਬਹੁਤ ਕੁਛ ਆ ਕਿ ਸਾਡੀ ਪਾਰਟੀ ਬਹੁਤ ਚੰਗਾ ਕਰ ਰਹੀ ਹੈ। ਸੋ ਆਪਾਂ ਕੇਵਲ ਉਹੀ ਗੱਲ ਕਰੀਏ ਜਿਹੜੀ ਜਿੱਥੇ ਉਹ ਸਵਾਲਾਂ ਦੇ ਕਟਹਿਰੇ 'ਚ ਖੜ੍ਹੇ ਹੁੰਦੇ, ਮੈਨੂੰ ਲੱਗਦਾ ਕਿ ਆਪਾਂ ਨਾ। ਭਾਈ ਸਾਹਿਬ ਜੀ ਤੁਹਾਡਾ ਧੰਨਵਾਦ, ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ, ਉਮੀਦ ਕਰਦੇ ਹਾਂ ਕਿ ਸਾਡੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਕੌਮ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਮਸਲਾ ਉਹ ਜ਼ਰੂਰ ਆਪਣੇ ਘਰ ਆਪਣੀ ਕੌਮ ਦੇ ਵਿੱਚ ਆਉਣਗੇ, ਉਮੀਦ ਕਰਦੇ ਹਾਂ। ਭਾਅ ਜੀ ਜਿਹੜਾ ਦਿਨ ਰਾਤ ਅਰਦਾਸਾਂ ਕਰਦਾ ਜੀ, ਉਹ ਐਡਾ ਬੇਈਮਾਨ ਹੋਊਗਾ ਕਿ ਉਹਨਾਂ ਦੀ ਰਿਹਾਈ ਹੁੰਦਾ ਹੋਵੇ ਤਾਂ ਮੈਂ ਨਾ ਚਾਹਾਂ ਜੀ ਜੀ, ਵਾਕਈ ਤੁਸੀਂ ਆਪ ਸੋਚ ਲਓ, ਜੇ ਤਾਂ ਤੁਸੀਂ ਮੈਨੂੰ ਇੱਦਾਂ ਦਾ ਸਮਝਦੇ ਆ ਤਾਂ ਫਿਰ ਭਾਈ ਮੇਰੇ ਬੱਟੇ ਵੀ ਮਾਰੋ ਚਾਹੇ ਘਰਾਓ ਕਰੋ, ਮੈਂ ਰੋਕਦਾ ਨਹੀਂ, ਠੀਕ ਆ। ਮੈਂ ਆਹ ਪਿੰਡਾਂ ਵਾਲਿਆਂ 'ਚ ਰਹਿੰਦਾ, ਇਹਨਾਂ ਨੂੰ ਵੀ ਪਤਾ ਆ ਸਿੱਖ ਪਰਿਵਾਰ 'ਚ ਜੰਮੇ ਆ ਭਾਅ ਜੀ, ਸਗੋਂ ਤਾਂ ਇੱਥੇ ਤਾਂ ਮੋਨੇ ਸੀ, ਬਾਹਰ ਜਾ ਕੇ ਸਿੱਖ ਬਣ ਗਏ ਸੀ, ਠੀਕ ਹੈ ਨਾ। ਆਪਾਂ ਇੱਥੇ ਤਾਂ ਉਹ ਚੀਜ਼ਾਂ ਨਹੀਂ ਬੋਲ ਸਕਦੇ ਜਿਹੜੀਆਂ ਉੱਥੇ ਬੋਲ ਜਾਈਦੀਆਂ।
असी भी तुहाडे नाल दे आ। इह ना सोचो कि ठीक आ, एक मैनू जरूर है जे असी इह गल्लां तों पिछे हट जांदे आ फिर तां असी दारा उहनां नूं खोल के देता भाई सरकारां बनाओ, जो मर्जी करो, जो मर्जी ना करो, जो कुछ हिंदुस्तान दे विच होया हरेक धर्म नाल तुसीं अपने दिल ते हत्थ रख के देखो भी ये चंगी गल होई है साडे लई सारिआं लई। इस करके इहदे नाल चंगे बंदिआं दा मनोरथ बैकअप ते जांदा। जे पोलीटिशन च चंगे बंदे ना आए तो पंजाब एक दिन मेरी नोट कर लियो गल, पंजाब दे विच आ चेहरे नहीं दिसने। चंगे बंदिआं नूं पैर रखण दिओ वीर मेरिओ, पावर आउण दिओ। जिन्ना चिकर पावर नहीं आउंदी उन्ना चिकर सरदार जी जिद्दां दे मेरे हालात उद्दां दे तुहाडे हालात आ, एक चपड़ासी अंदर नहीं बणन दिंदा सानूं। पर सिख जज्बातों का घाण हो के ना ना सत्ता में आया जाए, आ बस आही चाहते हैं। देख मैं एको गल करती आ, चाहे कोई सरकार भी आ उन्हूं धर्म की सोच के अधीन सरकार चलानी पेगी तो पब्लिक थले खुश होएगी। ये निशानी आ चंगी सरकार की, मैं जी गल करता ठीक है। हाँ वाकई वाकई मैं लगता नवलजीत सिंह जी की कहना चाहते हो, तुम अब मिल के चले हो भाई साहब जी जसवीर सिंह राजा जी की लैके जा रहे हो मन च? देखो असी सारे डॉक्यूमेंट दिते आ, असी किसी भी पोलीटिकल पार्टी ते कोई विश्वास नहीं करते, भला वो आम आदमी पार्टी आ भला कोई पार्टी आ, असी किसी तो कोई नहीं विश्वास। जिन्ना चक मुद्दे नहीं हद होंगे, मुद्दियां ते लगियां मोहरां ही दसणगियां सारी गल नूं। ते वीर जी नाल मिले आ, बड़ी उन्होंने भावना दे नाल साडी गल सुनी आ, ते उन्होंने कहा भी ये गल दा जरूर वो अगे करनगे, असी संतुष्ट आ। जे नहीं कुछ होऊगा अगे तो उन्होंने कहा मैं भी तुहाडे नाल ही आ, इस तो वड्डी हुण की गल हो सकती है। अच्छा हुण 5 दिन दा अल्टीमेटम सीगा, हुण 5 दिन 26 तरीक आ कल तक, अज मैनूं लगदा कि कोई चंडीगढ़ मीटिंग भी हैगी आ आम आदमी पार्टी दी सीनियर लीडरशिप दी, ते जे कोई फैसला लैंदे तां चंगी गल आ उत्थे। ते जे जवाब ही देणे फिर पंथ ने एक दो दिनां च सारा कुछ डिसाइड कर लेना, ते कीता ही होया जरूर पंथ ने डिसाइड किया हो। मैं दसना चाहूँगा कि भगवंत मान जी ने अज साडे एक सिख पत्रकार ने चंडीगढ़ सवाल अज भी किया है, पर भगवंत मान जी ने अज भी जवाब नहीं दिता है। उन्होंने सिर्फ तो सिर्फ अज भी आही गल कही आ कि सारा कुछ करांगे सारा कुछ करांगे, पर मैं लगता कि पंथ के जज्बातों नाल जुड़िया हुआ मसला, पंथ की तसली उदों ही होनी है, सिखां की तसली उदों ही होनी है जदों भाई दविंदर पाल सिंह भुल्लर अपने घर आ जाएंगे, जदों उन्हां दी रिहाई पक्की हो जूगी। सो खालसा पंथ की तसली तो तद ही होंदी आ भी जे अरविंद केजरीवाल साइन कर दिया, जो प्रोफेसर दविंदर पाल सिंह भुल्लर होरी बाहर आ जाते पक्की रिहाई उन्हों की पक्के तौर पर हो जाती है। पर बावजूद ये जिहड़ा आ अरविंद केजरीवाल हुणां दे वल्लों सिख कौम नूं इन्ने दिन संघर्ष करन दे वास्ते मजबूर किया गया, जे उन्हां दे वल्लों मसला हल कर भी दिता जांदा हैगा तद भी कि खालसा पंथ की सोच दे उपर उह खरे उतरनगे, कि खालसा पंथ प्रवान करेगा अरविंद केजरीवाल नूं, कि खालसा पंथ फिर प्रवान कर लूँगा आम आदमी पार्टी नूं। सो ये कुछ सवाल हैगे आ, इहदा जवाब खालसा पंथ ने और पंजाब दे लोकां ने देना हैगा। कुछ होर वीर हैगे आ, आपां एक एक दो दो गल्लां उन्हां दे नाल भी कर लैंदे आ। नवलजीत सिंह हुणी हैगे आ, मनजोत सिंह जी हैगे आ, भाई मनजीत सिंह जी हैगे ने, भाई साहब की कहना चाहुंदे हो, अज गलबात करके चले आ, की लैके जा रहे हो मन दे विच, की लगदा? वाहिगुरू जी का खालसा वाहिगुरू जी की फतेह। तरास दी सिख कौम दी सब तो वध जदों तां सिर लाउंदी जिम्मेवारी आउंदी आ उदों सिख कौम मोहरे आउंदी आ, कितें होर जिम्मेवारी लगदी तो सिख कौम मोहरे आउंदी आ। ते इक तरास दी बहुत वड्डी आ, जदों हक लैणे आ ठीक आ, कानून ने उहनूं सज़ा देती, सज़ा पूरी हो गई भी सब छड्ड देना चाहीदा, लेकिन साडियां जिहड़ियां सरकारां आ उह सिख दे सिर ते ही गेम खेडदियां, सज़ा दे के भी ते जदों सिर बढ़न दी लोड़ होवे सिख दा बढ़ना, जदों गेम खेडणी आ उदों भी सिख दा सिर ही लोड़ लाउणा इहनां ने। सो साडी तरास दी सानूं अज सिखां नूं जिन्हां ने घर बनाया सीगा भी सानूं सिखां नूं दर दर ते घूमना पै रिहा, फिर उन्हां भइयां दे लागे घूमना पै रिहा भी जिन्हां दे असीं पंजाब बनाया माण करदे पंजाब साडा, अज फिर असीं दर दर घूमदे हाँ भी साडे सिंघां ने कुरबानियां कीतियां सी, सज़ा पूरी हो चुकी आ, असीं उहदी रिहाई लई पुरदे पए हाँ, कोई भीख नहीं मंगदे पए, सिर्फ सज़ा पूरी हो चुकी दा सी। फिर उह इक झोली लै के अट के घूमदे हाँ जिहड़े साडी सिख कौम दे ते जिहड़े साडे आगू बणे फिरदे ने, बड़े बड़े जथेबंदियां निहंग जथेबंदियां बड़े बड़े शस्त्र लै घूमदियां, साडे लई लाणत दा सिरा आ भी साडी एडियां कौम दे बड़े बड़े आगू होण दे बावजूद भी असीं दर दर दी झोली लै के घूमदे पए हाँ भी साडे बच्चियां नूं मुंडियां नूं सिंघां नूं सज़ा पूरियां कर चुकियां नूं रिहा कर दिओ। सो इस तों वड्डी साडे ते लाणत नहीं हो सकदी, असीं अपने देश विच ही साडा देश आ, असीं नहीं कहिंदे असीं बगाने आ, साडा देश असीं कुरबानियां लै के दे के आज़ाद कराया साडे पुरखियां ने,
ਤੇ ਸਾਡੇ ਜਿਹੜੇ ਆਗੂ ਆ ਚੰਦ ਛੱਲੜਾਂ ਲਈ ਦੂਜਿਆਂ ਦੀ ਝੋਲੀਆਂ 'ਚ ਵਿਕਦੇ ਪਏ ਆ। ਉੱਥੋਂ ਇੱਕ ਤਰਾਜ਼ੀ ਆ ਸਾਡੀ ਆ ਸਿੱਖ ਕੌਮ ਦੇ ਜਿਹੜੇ ਨਵੇਂ ਬੱਚੇ ਆ ਉਹ ਦੇਖਦੇ ਆ, ਦੇਖੀਏ ਕਿੱਧਰ ਨੂੰ। ਸਾਡੀ ਸਿੱਖ ਕੌਮ 'ਚ ਉਹੀ ਜਜ਼ਬਾ ਆ। ਤੁਸੀਂ ਅੰਦੋਲਨ ਦੇਖਿਆ, ਅੰਦੋਲਨ 'ਚ ਉਹੀ ਜਜ਼ਬਾ ਸੀ। ਫਤਿਹਗੜ੍ਹ ਸਾਹਿਬ ਦੇਖਿਆ, ਉਹੀ ਜਜ਼ਬਾ ਸੀ। ਜਜ਼ਬੇ ਦੀ ਕੋਈ ਘਾਟ ਨਹੀਂ, ਘਾਟ ਕਿਹਦੀ? ਕਾਗੂ ਦੀ। ਭਰੋਸਾ ਕਿੱਥੇ ਕਰੀਏ? ਜਿੱਥੇ ਕਰਦੇ ਹਾਂ ਉਹੀ ਪਿੱਠ ਪਿੱਛੇ ਵਿਕਿਆ ਹੁੰਦਾ। ਸੋ ਗੁਰੂ ਪਾਤਸ਼ਾਹ ਕਿਰਪਾ ਕਰਨ, ਕੋਈ ਨਾ ਕੋਈ ਮਰਜੀਵੜਾ ਸਿੰਘ ਲਿਆਵੇ ਜਿਹੜੀ ਇਸ ਸਾਡੇ ਜਥੇਬੰਦੀਆਂ ਦੀ, ਸਾਡੀ ਨੌਜਵਾਨੀ ਦੀ ਬਾਂਹ ਫੜੇ ਅਤੇ ਸਾਨੂੰ ਕੋਈ ਨਾ ਕੋਈ ਰਾਹ ਦਿਖਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਨੂੰ ਲੱਗਿਆ ਭਾਈ ਸਾਹਿਬ ਜੀ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕੀਤਾ ਹੈਗਾ ਵੀ ਆ ਪੰਜਾਬ ਦੀ ਆ ਪਾਵਨ ਪਵਿੱਤਰ ਧਰਤੀ ਜਿੱਥੇ ਆਪਾਂ ਖੜ੍ਹੇ ਹੈਗੇ ਹਾਂ, ਜਿੱਥੇ ਕਦੀ ਖਾਲਸੇ ਨੇ ਰਾਜ ਭਾਗ ਕੀਤਾ ਔਰ ਖਾਲਸੇ ਨੇ ਉਹ ਰਾਜ ਭਾਗ ਹੰਢਾਇਆ। ਅੱਜ ਪੂਰੇ ਵਿਸ਼ਵ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਔਰ ਜਿਹੜਾ ਉਹ ਰਾਜ ਸੀਗਾ ਖਾਲਸਾ ਰਾਜ, ਉਹਨੂੰ ਸਰਵੋਤਮ ਰਾਜ ਅਤੇ ਸਰਵੋਤਮ ਰਾਜਾ ਮੰਨਿਆ ਜਾਂਦਾ। ਪਰ ਅੱਜ ਤ੍ਰਾਸਦੀ ਆ, ਅੱਜ ਆਪਣੀ ਹੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਆਪਣੇ ਹੀ ਘਰ ਦੇ ਵਿੱਚ ਸਿੱਖਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਘਰ ਦੇ ਵਿੱਚ ਹੀ ਬਗਾਨੇ ਹੋ ਗਏ ਹਾਂ ਔਰ ਆਪਣੇ ਘਰ ਦੇ ਵਿੱਚ ਹੀ ਆਪਣੇ ਜਿਹੜੇ ਘਰ ਦੇ ਮਸਲੇ ਹੈਗੇ ਆ ਉਹਨਾਂ ਮਸਲਿਆਂ ਨੂੰ ਦੂਜਿਆਂ ਦੇ ਦਰਾਂ ਦੇ ਉੱਪਰ ਲੈ ਕੇ ਜਾਣਾ ਪੈਂਦਾ। ਉਹਨਾਂ ਦਰਾਂ ਦੇ ਉੱਪਰ ਜਿਹੜੇ ਇੱਕ ਵਾਰੀ ਜਾਣ 'ਤੇ, ਦੋ ਵਾਰੀ ਜਾਣ 'ਤੇ, ਤਿੰਨ ਵਾਰੀ ਜਾਣ 'ਤੇ ਤੁਹਾਡੇ ਮਸਲਿਆਂ ਵੱਲ ਗੌਰ ਹੀ ਨਹੀਂ ਕਰਦੇ ਹੈਗੇ। ਖਾਲਸਾ ਪੰਥ ਦਾ ਜਿਹਾ ਹਾਲਾਤ ਬਣ ਗਿਆ, ਮੈਨੂੰ ਲੱਗਦਾ ਉਹਨਾਂ ਦਾ ਬਿਆਨ ਕੀਤਾ ਵੀਰ ਹੋਰਾਂ ਨੇ। ਮਨਜੋਤ ਸਿੰਘ ਜੀ ਮੇਰੇ ਨਾਲ ਹੈਗੇ ਨੇ, ਆਪਾਂ ਇੱਕ ਦੋ ਗੱਲਾਂ ਉਹਨਾਂ ਨਾਲ ਵੀ ਕਰ ਲੈਂਦੇ ਹਾਂ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਭਾਅ ਜੀ, ਦੇਖੋ ਕਿੱਡੀ ਸਾਡੀ ਇਹ ਤਰਾਸਦੀ ਆ ਵੀ ਆਪਾਂ ਕਿੱਦਾਂ ਲੜਾਈ ਲੜ ਰਹੇ ਹਾਂ ਨਿਰਦੋਸ਼ ਲਈ। ਮੈਂ ਨਾ ਇੱਕ ਪੋਸਟ ਪਾਈ ਭੁਪਿੰਦਰ ਭਾਅ ਜੀ, ਤਾਂ ਮੈਨੂੰ ਕਾਲ ਆਈ ਇੱਕ, ਕਹਿੰਦੇ ਅੱਤਵਾਦੀ ਆ ਤੁਸੀਂ, ਸਮਾਜ ਸੇਵਕ ਆ ਵੀ ਤੁਸੀਂ ਕਿੱਦਾਂ। ਮੈਂ ਕਿਹਾ ਵੀਰੇ ਘਰ ਦੇ ਵਿੱਚ ਤੇਰੇ ਕੌਣ ਆ? ਕਹਿੰਦਾ ਮੇਰੀ ਵਾਈਫ ਆ, ਬੱਚੇ। ਮੈਂ ਕਿਹਾ ਵਾਈਫ ਨਾਲ ਗੱਲ ਕਰਵਾ ਇੱਕ ਵਾਰੀ। ਉਹਨਾਂ ਵਾਈਫ ਨਾਲ ਜਦੋਂ ਗੱਲ ਕੀਤੀ ਉਹ ਕਹਿੰਦਾ ਕਾਹਤੋਂ? ਮੈਂ ਕਰਾ ਦਿੱਤੀ। ਮੈਂ ਕਿਹਾ ਭੈਣੇ, ਤੇਰੇ ਘਰ ਵਾਲੇ ਨੂੰ ਅਸੀਂ 25 ਸਾਲ 27 ਸਾਲ ਅਸੀਂ ਬਾਹਰ ਰੱਖ ਲਈਏ ਅਤੇ ਉਹਨੂੰ ਸਮਝਾਇਆ ਵੀ ਇੱਦਾਂ ਨਿਰਦੋਸ਼ ਰੱਖੀਏ ਵੀ ਤੂੰ ਦੱਸ। ਅਤੇ ਉਹ ਸਮਝ ਗਿਆ ਵੀ ਕਹਿੰਦਾ ਯਾਰ ਗੱਲ। ਮੈਂ ਕਿਹਾ ਤੂੰ ਇੱਕ ਵੀ ਉਹਦਾ ਦੋਸ਼ ਸਾਬਤ ਕਰੋ ਵੀ ਉਹ ਵਿਚਾਰਾ ਕਿੱਦਾਂ ਇੰਨੇ ਚਿਰਾਂ ਦਾ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਗੱਲ ਕਰੀਏ ਵੀ ਕੋਈ ਮੁੱਦਾ ਇਹਨਾਂ ਨੂੰ ਲੱਭ ਹੀ ਨਹੀਂ ਰਿਹਾ। ਉਹ ਵਿਚਾਰਾ ਦੇਖੋ ਕਿੰਨੇ ਸਾਰੀ ਜ਼ਿੰਦਗੀ ਲਾ ਤੀ, ਬੱਚੇ ਪਿੱਛੇ ਦੇਖੋ ਕਿੱਦਾਂ, ਨਾ ਘਰ ਦੇ ਉਹਦੇ ਹਾਲਾਤ ਆ, ਇੰਟਰਵਿਊ ਦੇ ਕੇ ਰੋਣਾ ਆਉਂਦਾ। ਕਿਹੜਾ ਸਿੱਖ ਨਹੀਂ ਜਿਹੜਾ ਨਹੀਂ ਰੋਇਆ? ਸਿੱਖ ਕੀ ਜਿਹੜਾ ਇਨਸਾਨ ਹੀ ਆ ਤੁਹਾਨੂੰ ਪਿਆਰ ਕਰਨ ਵਾਲਾ, ਉਹ ਸਾਰੇ ਹੀ ਦਿਲੋਂ ਅੰਦਰੋਂ ਰੋਂਦੇ, ਸਾਰੇ ਹੀ ਚਾਹੁੰਦੇ ਆ ਵੀ ਇਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਾਹਿਬ ਦੀ ਹਰਿਆਈ ਹੋਣੀ ਚਾਹੀਦੀ ਆ। ਅੱਜ ਬਹੁਤ ਵੱਡਾ ਸਾਡੇ ਹੁਸ਼ਿਆਰਪੁਰ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਮੂਹਰੇ ਹੋ ਕੇ ਜਿਹੜੀਆਂ ਅੱਜ ਉਪਰਾਲਾ ਕੀਤਾ, ਅਸੀਂ ਇਹਨਾਂ ਦੇ ਨਾਲ ਆ। ਸਾਡੀ ਜਥੇਬੰਦੀ ਬਾਬਾ ਦੀਪ ਸਿੰਘ ਸੇਵਾ ਦਲ ਜਿੱਥੇ ਵੀ ਸਾਡੀ ਇਹ ਡਿਊਟੀ ਲਾਉਣਗੇ ਆਪਾਂ ਇਹਨਾਂ ਦੇ ਨਾਲ ਹਾਂ। ਇਹਨਾਂ ਦੇ ਮੂਹਰੇ ਹੋ ਕੇ ਜੇ ਕਿਤੇ ਬਹਿਣਾ ਵੀ ਪਿਆ ਜਾਂ ਸੰਘਰਸ਼ ਵੀ ਲੜਨਾ ਪਿਆ, ਅਸੀਂ ਨਾਲ ਬੈਠਾਂਗੇ ਇਹਨਾਂ ਨੂੰ ਜ਼ਰੂਰ। ਬਾਬਾ ਦੀਪ ਸਿੰਘ ਸੇਵਾ ਦਲ ਜਿਹੜੇ ਲਵਾਰਸ ਨੇ, ਮੈਂ ਬੇਨਤੀ ਕਰਾਂ ਕਿ ਇੱਕ ਵੱਖਰਾ ਵਿਸ਼ਾ ਹੈਗਾ ਇਹ, ਜਿਹੜੇ ਵੀਰ ਸੇਵਾ ਨਿਭਾਉਂਦੇ ਹੈਗੇ ਆ, ਸਮਾਜ ਸੇਵਾ ਨਿਭਾਉਂਦੇ ਹੈਗੇ ਆ, ਕਿਤੇ ਵੱਖਰੇ ਤੌਰ 'ਤੇ ਤੁਹਾਨੂੰ ਲੈ ਕੇ ਚੱਲਾਂਗੇ। ਸੋ ਉਹ ਵੀਰ ਵੀ ਜਿਹੜੇ ਹੈਗੇ ਨੇ ਸਮਾਜ ਸੇਵਕ, ਉਹ ਵੀ ਨਾਲ ਨੇ ਇਸ ਮਸਲੇ 'ਤੇ ਜਾਂਦੇ। ਇੱਕ ਦੋ ਗੱਲਾਂ ਕੋਈ ਹੋਰ ਕਹਿਣੀਆਂ ਚਾਹੁੰਦੇ ਹੋ? ਜਿਵੇਂ ਮੈਂ ਗੱਲ ਕਰਕੇ ਹਟਿਆ, ਮੈਂ ਤੁਹਾਡੇ ਕੋਲ ਅਸਲ 'ਚ ਇਹ ਸੁਣਨਾ ਚਾਹੁੰਦਾ ਹੈਗਾ ਕਿ ਕਿਉਂ ਮੇਰੇ ਆਪਣੇ ਦਿਮਾਗ ਵਿੱਚ ਵੈਸ ਵੇਲੇ ਆਹੀ ਚੱਲ ਰਿਹਾ ਹੈਗਾ ਕਿ ਜਿੱਥੇ ਆਪਾਂ ਖੜ੍ਹੇ ਹਾਂ ਇਹ ਤੁਹਾਡੀ ਸਾਡੀ ਆਪਣੀ ਪਾਵਨ ਪਵਿੱਤਰ ਧਰਤੀ, ਸਾਡੇ ਪੁਰਖਿਆਂ ਇੱਥੇ ਰਾਜ ਕੀਤਾ ਹੈ ਨਾ ਜੀ, ਔਰ ਅੱਜ ਤ੍ਰਾਸਦੀ ਆ। ਤੁਸੀਂ ਦੇਖੋ ਵੀ ਦੂਜਿਆਂ ਦੇ ਬੂਹਿਆਂ ਦੇ ਮੂਹਰੇ ਜਾ ਕੇ ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਉਹ ਗੱਲ ਸੀਗੀ ਸਾਨੂੰ ਭਗਤ ਫਰੀਦ ਜੀ ਕਹਿੰਦੇ ਸੀਗੇ, ਪਰ ਅੱਜ ਤੁਹਾਡੇ ਨਾਲ ਹਾਲਾਤ ਆ ਬਣ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਜਿਹੜੀ ਗੱਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਕਹੀ ਸੀਗੀ ਜੀ ਵੀ ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰੀਆ, ਉਹਨਾਂ ਨੇ ਇੱਕ ਬਾਣੀ ਦਾ ਇਹ ਕਥਨ ਦੁਹਰਾਏ ਸੀਗੇ ਕਿ ਆਪਣੇ ਹੱਥਾਂ ਨਾਲ ਆਪਣਾ ਹੀ ਕਾਜ ਆਪੇ ਸਵਾਰਨਾ ਪੈਣਾ। ਪਰ ਤ੍ਰਾਸਦੀ ਹੁਣ ਕੌਮ ਦੀ ਇਹ ਹੈ ਕਿ ਹੁਣ ਜਿਹੜੀ ਉਹਨਾਂ ਨੇ ਆਸ਼ਵਾਸਨ ਦਾ ਪੂਰਾ ਸਾਨੂੰ ਵਿਸ਼ਵਾਸ ਦਵਾਇਆ, ਜਿਹੜੇ ਇੱਥੇ ਦੇ ਜਿਹੜੇ ਇਲੈਕਸ਼ਨ ਲੜ ਰਹੇ ਹੈਗੇ ਆ ਜਸਵੀਰ ਸਿੰਘ ਜੀ ਰਾਜਾ, ਪਰ ਜੇ ਐਂ ਹੱਲ ਹੁੰਦੇ ਹੁੰਦੇ ਤਾਂ ਫਿਰ ਦਿੱਲੀ ਦੇ ਵਿੱਚ ਹੁਣ ਤਾਂ ਕੇਜਰੀਵਾਲ ਸਾਹਿਬ ਨੇ ਫਾਈਲ ਆਪ ਵੀ 14 ਵਿੱਚ ਉਠਾਇਆ ਮੁੱਦਾ ਅਤੇ ਹੁਣ 2020 ਦੇ ਵਿੱਚ ਅਤੇ ਹੁਣ ਦੂਸਰੀ ਵਾਰ ਉਹਨੇ ਰਿਜੈਕਟ ਕਰਤਾ। ਅਤੇ ਇਹਨਾਂ ਦਾ ਜਿਹੜਾ ਚੀਫ ਮਿਨਿਸਟਰ ਦਾ ਚਿਹਰਾ ਪੰਜਾਬ ਦਾ ਭਗਵੰਤ ਮਾਨ, ਉਹ ਤਾਂ ਸ਼ਰੇਆਮ ਪ੍ਰੈਸ ਦੇ ਮੂਹਰੇ ਆ ਕੇ ਝੂਠ ਬੋਲਦਾ। ਉਹਨੇ ਵੀ ਫਾਈਲ LG ਕੋਲ ਹੈ, LG ਕੋਲ ਤਾਂ ਫਾਈਲ ਉਦੋਂ ਜਾਂਦੀ ਹੈ ਜਿਸ ਵੇਲੇ ਚੀਫ ਮਿਨਿਸਟਰ ਸਾਈਨ ਕਰ ਦਿੰਦਾ, ਜਿਸ ਵੇਲੇ ਉਹਨਾਂ ਜਿਹੜੀ ਉਹ ਜਿਹੜੀ ਕਮੇਟੀ ਬਣੀ ਹੋਈ ਸੀ ਉਹ ਸਾਈਨ ਕਰਦੀ, ਫਿਰ LG ਕੋਲ ਫਾਈਲ ਜਾਣੀ ਸੀ। ਇਹ ਤਾਂ ਕੋਰਾ ਝੂਠ ਹੈ। ਪਰ ਹੁਣ ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਮੈਂ ਅੱਗੇ ਆਵਾਜ਼ ਉਠਾਵਾਂਗਾ। ਪਰ ਮੇਰਾ ਨਾਲ ਹੀ ਕੁਐਸਚਨ ਪੁੱਛਿਆ ਸੀ ਵੀ ਜੇ ਉਹ ਫਿਰ ਵੀ ਲਾਲਾ ਨਾ ਮੰਨਿਆ ਦਿੱਲੀ ਵਾਲਾ ਫਿਰ ਤੁਹਾਡਾ ਐਕਸ਼ਨ ਕੀ ਹੋਏਗਾ? ਪਰ ਉਹਨਾਂ ਨੇ ਉਸ ਸਵਾਲ ਦਾ ਜਵਾਬ ਜਿਹੜਾ ਗੋਲਮੋਲ ਕਰਤਾ ਹੈਗਾ, ਗੱਲਾਂ 'ਚ ਲਿਜਾਉਣ ਦੀ ਕੋਸ਼ਿਸ਼ ਕੀਤੀ ਆ। ਦੋ ਮੁੱਦੇ ਮੈਂ ਉਸ ਵੇਲੇ ਹੋਰ ਵੀ ਕਹੇ ਸੀ ਅਤੇ ਉਹ ਵਾਕਈ ਹੀ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਗੌਰਮੈਂਟ ਦੇ ਵੱਲੋਂ ਹੀ ਉਹ ਜਿਹੜਾ ਦੋ ਕੰਮ ਜਿਹੜੇ ਕੀਤੇ ਗਏ ਆ ਉਹ ਵੀ ਸਿੱਖ ਰੋਹ ਰੀਤਾਂ ਨੂੰ ਇੱਕ ਗਹਿਰੀ ਸੱਟ ਮਾਰਦੇ ਆ। ਪਰ ਇਸ ਦੇਸ਼ ਦੇ ਵਿੱਚ ਤੁਸੀਂ ਜਦ ਤੋਂ 47 ਤੋਂ ਲੈ ਕੇ ਹੁਣ ਤੱਕ ਦਾ ਤੁਸੀਂ ਇਤਿਹਾਸ ਚੱਕ ਲਓ, ਮਨੋਰਟੀਜ਼ ਲਈ ਕਾਨੂੰਨ ਹਮੇਸ਼ਾ ਹੀ ਹੋ ਰਿਹਾ, ਮੈਜੋਰਟੀ ਲਈ ਹੋ ਰਿਹਾ। ਅੱਛਾ, ਮੈਂ ਤੁਹਾਡੇ ਕੋਲ ਇੱਕ ਇਹ ਜਾਣਨਾ ਚਾਹੁੰਦਾ ਵੀ ਜੇ ਆਮ ਆਦਮੀ ਪਾਰਟੀ, ਮੰਨ ਲਓ ਆਹ
जे तुसी थोड़ी देर पहला महाराजा रणजीत सिंह दे राज वाली गल करके गए हो, असी चंद एक सिंह नूं साडे नूं रिहा भी कर दिंदे आ इह, ते हालांकि कुछ हद तक कौम की सहमति लैण च कामयाब रहणगे, पर जिहड़े उस आजाद खिते दा निघ माण चुके आ, जिहड़ियां नूं उह आजाद खिता दिल च बैठा होया है, जिहड़ियां नूं पता साडा लाहौर दरबार लगदा सीगा दरबार साडा इस खिते दे विच कौम ने आजादी दा निघ माणिया है, उहनूं बिना किसी रोक टोक दे सिख जिहड़ा है ਉਹ ਇਹਨਾਂ ਹਵਾਵਾਂ ਦੇ ਵਿੱਚ ਕੋਈ ਸ਼ਾਸਤਰਾਂ ਦੀ ਲਿਮਿਟ ਤੋਂ ਬਿਨਾਂ ਘੁੰਮਦਾ ਰਿਹਾ, ਪਰ ਉੱਤੇ ਅੱਜ ਤਾਂ ਪਾਬੰਦੀਆਂ ਲਾਈਆਂ ਹੋਈਆਂ ਇੰਡੀਅਨ ਸਟੇਟ ਨੇ, ਉਹ ਥੋੜ੍ਹੀ ਖਤਮ ਹੋ ਜਾਣਗੀਆਂ ਨਾ, ਅਤੇ ਇਸ ਲਈ ਸਾਡੀ ਤਾਂ ਲਾਸਟ ਮੰਜ਼ਿਲ ਜਿਹੜੀ ਹੈ ਉਹ ਸਿੱਖ ਕੌਮ ਦਾ ਆਜ਼ਾਦ ਕੌਮੀ ਘਰ, ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਦੇ ਸਿਧਾਂਤ ਪੈਰ ਅੰਦਰ ਖਾਲਿਸਤਾਨ, ਅਸੀਂ ਉਹਦੇ ਲਈ ਹੀ ਸੰਘਰਸ਼ ਹੀ ਰਵਾਂਗੇ। ਅੱਜ ਦਾ ਵਿਸ਼ਾ ਅਲੱਗ ਸੀਗਾ ਕਿ ਅਸੀਂ ਇਹਨਾਂ ਨੂੰ ਇਹਨਾਂ ਦੇ ਜਵੀਰ ਨੂੰ ਠਣਕਾਉਣ ਆਏ ਸੀਗੇ ਕਿ ਤੁਹਾਡੀ ਪਾਰਟੀ ਨੇ ਇਹ ਕੁਛ ਸਾਡੇ ਨਾਲ ਕੀਤਾ, ਤੁਹਾਡੇ ਪ੍ਰੈਜੀਡੈਂਟ ਨੇ ਵੀ ਜਿਹੜਾ ਤੁਸੀਂ ਢੰਡੋਰਾ ਪਿੜਦੇ ਹੋ ਕਿ ਉਹ ਸੈਕੂਲਰ ਹੈ, ਪਰ ਉਹ ਇਹੋ ਜਿਹਾ ਕੋਈ ਸੈਕੂਲਰ ਨਹੀਂ ਹੈਗਾ, ਅਤੇ ਹੁਣ ਪਰ ਇਹਨਾਂ ਨੇ ਰਿਸਪੋਂਸ ਵਧੀਆ ਦਿੱਤਾ ਤਾਂ ਕਰਕੇ ਅੱਜ ਅਸੀਂ ਇਹਨਾਂ ਦਾ ਪੂਰਨ ਤੌਰ 'ਤੇ ਵਿਰੋਧ ਨਹੀਂ ਕੀਤਾ, ਅਤੇ ਪਰ ਜੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਗ ਉੱਥੇ ਨਾ ਦੁਹਰਾਈ ਉਠਾਈ ਜਾ ਕੇ, ਅਤੇ ਕੇਜਰੀਵਾਲ ਸਾਹਿਬ ਨੇ ਫਾਈਲ ਦੇ ਉੱਪਰ ਸਾਈਨ ਨਾ ਕੀਤੇ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨਾ ਰਿਹਾ ਹੋਏ, ਅਤੇ ਅਸੀਂ ਇਹਨਾਂ ਦਾ ਪਿੰਡਾਂ ਵਿੱਚ ਵੜਨਾ ਮੁਸ਼ਕਲ ਕਰ ਦਾਂਗੇ, ਅਸੀਂ ਹਰ ਇੱਕ ਪੱਖ ਤੋਂ ਇਹਨਾਂ ਦਾ ਵਿਰੋਧ ਕਰਾਂਗੇ। ਤੁਸੀਂ ਸੁਣ ਲਈ ਜੀ ਸਿਰੇ ਦੀ ਗੱਲ, ਵੀ ਇੱਕ ਤਾਂ ਡਟਵਾਂ ਵਿਰੋਧ ਹੋਊਗਾ ਵੀ ਜੇ ਅਰਵਿੰਦ ਕੇਜਰੀਵਾਲ ਹੁਣਾਂ ਨੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਨਾ ਲਿਆ ਤਾਂ, ਔਰ ਦੂਜੀ ਜਿਹੜੀ ਗੱਲ ਹੈਗੀ ਆ, ਕਿਉਂਕਿ ਵੀਰ ਹੋਰਾਂ ਨੇ ਜਿਵੇਂ ਆਖਿਆ ਕਿ ਅੱਜ ਮਸਲਾ ਹੋ ਰਿਹਾ, ਪਰ ਤੁਸੀਂ ਇਹਨਾਂ ਦੀਆਂ ਗੱਲਾਂ ਬਾਤਾਂ ਵਿੱਚੋਂ ਇਹਨਾਂ ਦੀ ਭਾਵਨਾ ਜਿਹੜੀ ਹੈਗੀ ਆ ਉਹ ਖਾਲਸਾ ਪੰਥ ਦੀ ਭਾਵਨਾ ਆ, ਮੈਨੂੰ ਲੱਗਦਾ ਕਿ ਤੁਸੀਂ ਉਹਦੀ ਝਲਕ ਵੀ ਜ਼ਰੂਰ ਵੇਖੀ ਹੋਊਗੀ, ਉਹਦਾ ਝਲਕਾਰਾ ਵੀ ਜ਼ਰੂਰ ਵੇਖਿਆ ਹੋਊਗਾ ਕਿ ਖਾਲਸਾ ਪੰਥ ਜੇ ਆ ਮਸਲੇ ਹੱਲ ਹੋ ਵੀ ਜਾਂਦੇ ਆ, ਪਰ ਖਾਲਸੇ ਦੇ ਅੰਦਰ ਸਿੱਖ ਮਨਾਂ ਦੇ ਅੰਦਰ ਜਿਹੜੀ ਗੱਲਬਾਤ ਪਈ ਹੋਈ ਆ ਉਹ ਆਜ਼ਾਦੀ ਵਾਲੀ ਜਿਹੜੀ ਚਣਗ ਹੈਗੀ ਆ, ਜਿੰਨਾ ਚਿਰ ਉਹ ਸਾਰਾ ਕੁਛ ਨਹੀਂ ਹੁੰਦਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਮੁੜ ਬਹਾਲ ਨਹੀਂ ਹੁੰਦਾ ਹੈਗਾ, ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਉਨਾ ਚਿਰ ਸਿੱਖ ਮਨਾਂ ਨੂੰ ਠਾਰ ਨਹੀਂ ਪਹੁੰਚਣੀ ਹੈਗੀ, ਸਿੱਖ ਮਨ ਉਨਾ ਚਿਰ ਨਹੀਂ ਠਰਨਗੇ। ਸੋ ਅਖੀਰ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਦਾ ਜੀ, ਉੱਪਰ ਵਿਖਾ ਦਿਓ ਜੀ, ਇੱਕ ਮੌਕਾ ਕੇਜਰੀਵਾਲ ਨੂੰ, ਪੋਸਟਰ ਲੱਗੇ ਹੋਏ ਨੇ, ਬੈਨਰ ਲੱਗੇ ਹੋਏ ਨੇ, ਆਮ ਆਦਮੀ ਪਾਰਟੀ ਇੱਕ ਮੌਕਾ ਕੇਜਰੀਵਾਲ ਨੂੰ, ਜਸਵੀਰ ਸਿੰਘ ਰਾਜਾ ਹਲਕਾ ਇੰਚਾਰਜ ਉੜਮੁੜ ਟਾਂਡਾ ਇੱਥੋਂ ਕੈਂਡੀਡੇਟ ਹੈਗੇ ਨੇ, ਆਪਾਂ ਉਹਨਾਂ ਦੇ ਕੋਲ ਅੱਜ ਆਏ ਹੈਗੇ ਹਾਂ, ਵੱਖ ਵੱਖ ਇਲਾਕੇ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਆਏ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੇ ਇਸ ਮਾਮਲੇ ਦੇ ਸੰਬੰਧ ਵਿੱਚ ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਮੈਂ ਜ਼ਰੂਰ ਤੁਹਾਨੂੰ ਸਵਾਲ ਕਰਨਾ ਚਾਹੂੰਗਾ, ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾ ਵਾਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਗੰਭੀਰਤਾ ਨਹੀਂ ਵਿਖਾਉਂਦੇ, ਤੁਹਾਡੇ ਹਿਸਾਬ ਦੇ ਨਾਲ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਸਿੱਖ ਭਾਈਚਾਰੇ ਨੂੰ ਆਮ ਆਦਮੀ ਪਾਰਟੀ ਦੇ ਨਾਲ ਕਿਸ ਤਰੀਕੇ ਦੇ ਨਾਲ ਪੇਸ਼ ਆਉਣਾ ਚਾਹੀਦਾ, ਇੱਕ ਇਹ ਸਵਾਲ ਆ। ਦੂਜਾ ਸਵਾਲ ਮੈਂ ਤੁਹਾਡੇ ਸਾਹਮਣੇ ਇਹ ਰੱਖਣਾ ਚਾਹੁੰਦਾ ਕਿ ਜੇ ਅਰਵਿੰਦ ਕੇਜਰੀਵਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆ ਇਹ ਮਸਲਾ ਹੱਲ ਕਰ ਦਿੰਦੇ ਨੇ, ਮਸਲਾ ਹੱਲ ਹੋ ਜਾਂਦਾ, ਤਾਂ ਫਿਰ ਕੀ ਪੰਜਾਬ ਦੇ ਲੋਕਾਂ ਨੂੰ, ਕੀ ਖਾਲਸਾ ਪੰਥ ਨੂੰ ਬਾਹਾਂ ਫੈਲਾ ਕੇ ਇਹਨਾਂ ਦਾ ਇਹਨਾਂ ਚੋਣਾਂ ਵਿੱਚ ਸਵਾਗਤ ਕਰਨਾ ਚਾਹੀਦਾ, ਇਹਨਾਂ ਨੂੰ ਕਹਿਣਾ ਚਾਹੀਦਾ ਕਿ ਵੈਲਕਮ ਆ ਜੀ, ਆਓ ਜੀ, ਅਸੀਂ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਂਦੇ ਹਾਂ, ਕੀ ਖਾਲਸਾ ਪੰਥ ਨੂੰ ਇੰਜ ਕਰਨਾ ਚਾਹੀਦਾ ਜਾਂ ਨਹੀਂ? ਜ਼ਰੂਰ ਦੋਨਾਂ ਸਵਾਲਾਂ ਦਾ ਜਵਾਬ ਦੇ ਕੇ ਜਾਣ ਦੀ ਕੋਸ਼ਿਸ਼ ਕਰਿਓ। ਬਹੁਤ ਬਹੁਤ ਧੰਨਵਾਦ ਜੀ।